सत श्री अकाल दोस्तों, स्वागत है जी तुहाडा तुहाडे अपने यूट्यूब चैनल एजे मालवा एजुकेशन ते। अज दी क्लास आपां पंजाबी व्याकरण दे नाल संबंधित लगा रहे हां, जिहदे विच आपां 1 तों लैके 25 तक प्रश्न करांगे। दोस्तों क्लास नूं शुरू करन तों पहलां लाइक अते शेयर जरूर कर दिओ तां कि अपनी क्लास तुहाडे होर दोस्तां मित्रां तक भी पहुँच सके। जेकर अपने चैनल ते तुसीं नवें हो अते चैनल नूं सबसक्राइब नहीं कीता ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੀ ਹੋਈ ਬੈਲ ਆਈਕਨ ਦੀ ਘੰਟੀ ਨੂੰ ਦਬਾ ਦੇਣਾ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਸ਼ੁਰੂ ਕਰਦਿਆਂ ਅੱਜ ਦੀ ਕਲਾਸ ਦਾ ਪ੍ਰਸ਼ਨ ਨੰਬਰ 1 ਭਾਸ਼ਾ ਪ੍ਰਬੰਧ ਹੈ। ਆਪਸ਼ਨ ਏ ਜਟਲ, ਆਪਸ਼ਨ ਬੀ ਬੱਜਿਆ, ਆਪਸ਼ਨ ਸੀ ਸੁਤੰਤਰ, ਆਪਸ਼ਨ ਡੀ ਸ਼ਾਬਦਿਕ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਸੀ ਸੁਤੰਤਰ। ਭਾਸ਼ਾ ਪ੍ਰਬੰਧ ਹੈ ਸੁਤੰਤਰ। ਕਰਦੇ ਜੀ ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 2 ਭਾਸ਼ਾ ਸਾਧਨ ਹੈ। ਆਪਸ਼ਨ ਏ ਮਨੁੱਖਤਾ, ਆਪਸ਼ਨ ਬੀ ਸੰਚਾਰ ਦਾ, ਆਪਸ਼ਨ ਸੀ ਵਿਵਹਾਰ ਦਾ, ਆਪਸ਼ਨ ਡੀ ਸਮਾਜ ਦਾ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਬੀ ਸੰਚਾਰ ਦਾ। ਭਾਸ਼ਾ ਸਾਧਨ ਹੈ ਸੰਚਾਰ ਦਾ। ਕਰਦੇ ਹਾਂ ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 3 ਪੈਰਲ ਭਾਸ਼ਾ ਦਾ ਕਿਹੜਾ ਰੂਪ ਹੈ। ਆਪਸ਼ਨ ਏ ਸਵੈ ਇਸ਼ਤ, ਆਪਸ਼ਨ ਬੀ ਸਮੂਹਿਕ, ਆਪਸ਼ਨ ਸੀ ਵਿਅਕਤੀਗਤ, ਆਪਸ਼ਨ ਡੀ ਸਮਾਜਿਕ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਸੀ ਵਿਅਕਤੀਗਤ। ਪੈਰਲ ਭਾਸ਼ਾ ਦਾ ਵਿਅਕਤੀਗਤ ਰੂਪ ਹੈ। ਕਰਦੇ ਹਾਂ ਜੀ ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 4 ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਪੱਫੇ ਪੈਰ ਬਿੰਦੀ ਧੁਨੀਆਂ ਪ੍ਰਭਾਵ ਦੀਆਂ ਸੂਚਕ ਹਨ। ਆਪਸ਼ਨ ਏ ਹਿੰਦੀ, ਆਪਸ਼ਨ ਬੀ ਅੰਗਰੇਜ਼ੀ, ਆਪਸ਼ਨ ਸੀ ਫਾਰਸੀ, ਆਪਸ਼ਨ ਡੀ ਕੋਈ ਵੀ ਨਹੀਂ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਸੀ ਫਾਰਸੀ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ ਧੁਨੀਆਂ ਫਾਰਸੀ ਪ੍ਰਭਾਵ ਦੀਆਂ ਸੂਚਕ ਹਨ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 5 ਪ੍ਰਸ਼ਨ ਨੰਬਰ 5 ਕਰਨ ਤੋਂ ਪਹਿਲਾਂ ਜੇਕਰ ਤੁਹਾਨੂੰ ਆਪਣੀ ਕਲਾਸ ਪਸੰਦ ਆ ਰਹੀ ਹੈ ਤਾਂ ਕਲਾਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵਿਆਕਰਨ ਨਾਲ ਸੰਬੰਧਿਤ ਕਲਾਸਾਂ ਵੀ ਚੈਨਲ 'ਤੇ ਅਪਲੋਡ ਹਨ, ਉਹ ਵੀ ਤੁਸੀਂ ਲਗਾ ਸਕਦੇ ਹੋ। ਪਿਛਲੀਆਂ ਕਲਾਸਾਂ ਲਗਾਉਣ ਲਈ ਤੁਸੀਂ ਆਪਣੇ ਚੈਨਲ ਦੀ ਪਲੇਲਿਸਟ 'ਤੇ ਜਾ ਕੇ ਉਹਨਾਂ ਕਲਾਸਾਂ ਨੂੰ ਲਗਾ ਸਕਦੇ ਹੋ। ਕਰਦੇ ਹਾਂ ਜੀ ਪ੍ਰਸ਼ਨ ਨੰਬਰ 5 ਗੁਰਮੁਖੀ ਦਾ ਕਿਹੜਾ ਅੱਖਰ ਅਰਧ ਸਵਰ ਹੈ। ਆਪਸ਼ਨ ਏ ਜਈਆ, ਆਪਸ਼ਨ ਬੀ ਲੱਲਾ, ਆਪਸ਼ਨ ਸੀ ਰਾਰਾ, ਆਪਸ਼ਨ ਡੀ ਐੜਾ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਏ ਜਈਆ। ਗੁਰਮੁਖੀ ਦਾ ਜਈਆ ਅੱਖਰ ਅਰਧ ਸਵਰ ਹੈ। ਜਈਏ ਦੇ ਨਾਲ ਤੁਸੀਂ ਨੋਟ ਕਰ ਸਕਦੇ ਹੋ ਜਈਆ ਅਤੇ ਵਾਵਾ ਗੁਰਮੁਖੀ ਦੇ ਅਰਧ ਸਵਰ ਹਨ। ਪ੍ਰਸ਼ਨ ਨੰਬਰ 6 ਭਾਸ਼ਾ ਪ੍ਰਬੰਧ ਹੈ। ਆਪਸ਼ਨ ਏ ਅੱਖਰਾਂ ਦਾ, ਆਪਸ਼ਨ ਬੀ ਸ਼ਬਦਾਂ ਦਾ, ਆਪਸ਼ਨ ਸੀ ਰੁਪੀਮ, ਆਪਸ਼ਨ ਡੀ ਚਿੰਨ੍ਹਾਂ ਦਾ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਡੀ ਚਿੰਨ੍ਹਾਂ ਦਾ। ਭਾਸ਼ਾ ਚਿੰਨ੍ਹਾਂ ਦਾ ਪ੍ਰਬੰਧ ਹੈ। ਪ੍ਰਸ਼ਨ ਨੰਬਰ 7 ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਹੈ। ਆਪਸ਼ਨ ਏ ਰੂਪਗ੍ਰਾਮ, ਆਪਸ਼ਨ ਬੀ ਧੁਨੀਗ੍ਰਾਮ, ਆਪਸ਼ਨ ਸੀ ਸ਼ਬਦ, ਆਪਸ਼ਨ ਡੀ ਅੱਖਰ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਬੀ ਧੁਨੀਗ੍ਰਾਮ। ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਰਹਿਤ ਇਕਾਈ ਧੁਨੀਗ੍ਰਾਮ ਹੈ। ਪ੍ਰਸ਼ਨ ਨੰਬਰ 8 ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਹੈ। ਆਪਸ਼ਨ ਏ ਧੁਨੀਗ੍ਰਾਮ,
ऑप्शन बी शब्द, ऑप्शन सी अक्षर, ऑप्शन डी रूपग्राम। तो अपने कोल सही आंसर है जी ऑप्शन डी रूपग्राम। भाषा की छोटी तो छोटी अर्थ युक्त इकाई रूपग्राम है। जेकर भाषा की छोटी छोटी अर्थ रहित इकाई पूछी जाए तो अपने कोल सही आंसर धुनी ग्राम आएगा। ये तुसी ध्यान च रखना है। जेकर भाषा की छोटी छोटी अर्थ युक्त इकाई पूछी जाए तो सही आंसर रूपग्राम आएगा। करते हैं प्रश्न नंबर 9। पंजाबी भाषा विच किन्ने व्यंजन हैं? ऑप्शन ए 30, ऑप्शन बी 29, ऑप्शन सी 27, ऑप्शन डी 35। तो अपने कोल सही आंसर है जी ऑप्शन बी 29। पंजाबी भाषा विच 29 व्यंजन हैं। प्रश्न नंबर 10। पंजाबी भाषा विच अर्ध स्वर हैं? ऑप्शन ए 2, ऑप्शन बी 3, ऑप्शन सी 1, ऑप्शन डी 4। तो अपने कोल सही आंसर है जी ऑप्शन ए 2। पंजाबी भाषा विच अर्ध स्वरां दी गिनती 2 है। वो 2 अर्ध स्वर तुसी नोट कर सकते हो। जइया अते बावा ये आप पहला भी कर चुके हैं, ये तुसी नोट कर सकते हो। पंजाबी भाषा विच अर्ध स्वर जेकर पूछे जान तो वो 2 हैं, वो हैं जी जइया अते बावा। करते हैं प्रश्न नंबर 11। पंजाबी दी केड़ी धुनी अखंडी है? ऑप्शन ए स्वर, ऑप्शन बी सुर, ऑप्शन सी व्यंजन, ऑप्शन डी अर्ध स्वर। तो अपने कोल सही आंसर है जी ऑप्शन बी सुर। पंजाबी दी अखंडी धुनी सुर है। करते हैं प्रश्न नंबर 12। भाषा विज्ञान का अंग है? ऑप्शन ए रुपीम, ऑप्शन बी लिपि, ऑप्शन सी टीका, ऑप्शन डी आलोचना। तो अपने कोल सही आंसर है जी ऑप्शन ए रुपीम। भाषा विज्ञान का अंग रुपीम है। प्रश्न नंबर 13। ओ साडा घर है, वाक विच ओदा कारज है? ऑप्शन ए निश्चयवाचक पड़नाम वाला, ऑप्शन बी निश्चयवाचक विशेषण वाला, ऑप्शन सी तीसरा पुरख पड़नाम वाला, ऑप्शन डी उपरोक्त विचों कोई नहीं। तो अपने कोल सही आंसर है जी ऑप्शन ए निश्चयवाचक पड़नाम वाला। ओ साडा घर है वाक विच ओ निश्चयवाचक पड़नाम है। प्रश्न नंबर 14। वाक वरतों विच नाम शब्दों के रूप बदलने के कारण हैं? ऑप्शन ए लिंग वचन अते कारक, ऑप्शन बी वचन ते कारक, ऑप्शन सी लिंग ते कारक, ऑप्शन डी लिंग ते वचन। तो अपने कोल सही आंसर है जी ऑप्शन डी लिंग ते वचन। वाक वरतों विच नाम शब्दों के रूप बदलने के कारण लिंग ते वचन हैं। प्रश्न नंबर 15। पंजाबी भाषा मुख रूप विच है? ऑप्शन ए पिछेत्रात्मक, ऑप्शन बी अगेत्रात्मक, ऑप्शन सी स्वरात्मक, ऑप्शन डी संजोगात्मक। तो अपने कोल सही आंसर है जी ऑप्शन ए पिछेत्रात्मक। पंजाबी भाषा का मुख रूप च
पिछेत्रात्मक है। प्रश्न नंबर 16, अष्ट अध्याय दा कर्ता है। ऑप्शन ए पाणिनि, ऑप्शन बी भरत मुनि, ऑप्शन सी भर्तृहरि, ऑप्शन डी भोला नाथ तिवारी। तां अपने कोल सही आंसर है जी ऑप्शन ए पाणिनि। अष्ट अध्याय दा कर्ता पाणिनि है। प्रश्न नंबर 17, पंजाबी बोली का जन्म किस अपभ्रंश तो होया। ऑप्शन ए शोर सैनी, ऑप्शन बी पसाची, ऑप्शन सी तमिल, ऑप्शन डी मागधी। तो अपने कोल सही आंसर है जी ऑप्शन ए शोर सैनी। पंजाबी बोली का जन्म शोर सैनी अपभ्रंश तो होया। प्रश्न नंबर 18, पंजाबी विच सब तो घट वरतों किसकी होंगी है। ऑप्शन ए ओ, ऑप्शन बी ए, ऑप्शन सी आ, ऑप्शन डी ई। तो अपने कोल सही आंसर है जी ऑप्शन ए ओ। ओ दी वरतों पंजाबी विच सब तो घट होंगी है। करते हैं अगला प्रश्न जिदे विच आपां बद वरतों की गल करांगे। प्रश्न नंबर 19, पंजाबी विच सब तो बद वरतों होंगी है। ऑप्शन ए आ, ऑप्शन बी ए, ऑप्शन सी ए, ऑप्शन डी ई। तां अपने कोल सही आंसर है जी ऑप्शन ए आ, जां कन्ना भी आख सकते हैं। पंजाबी विच सब तो वध वरतों आ दी हुंदी है। प्रश्न नंबर 20, डकमे व्यंजन किन्ने हन। ऑप्शन ए 10, ऑप्शन बी 11, ऑप्शन सी 12, ऑप्शन डी 15। तो अपने कोल सही आंसर है जी ऑप्शन डी 15। डकवें व्यंजन 15 होंगे हैं। प्रश्न नंबर 21, पंजाबी दे नासकी व्यंजन हैं। ऑप्शन ए 7, ऑप्शन बी 6, ऑप्शन सी 5, ऑप्शन डी 10। तां अपने कोल सही आंसर है जी ऑप्शन सी 5। जेकर पंजाबी दे नासकी व्यंजन पूछ ले जान तां उन्हां दी गिनती 5 है। प्रश्न नंबर 22, पंजाबी दा केड़ा व्यंजन दंत बुट्टी है। ऑप्शन ए थत्था, ऑप्शन बी पप्पा, ऑप्शन सी फफा, ऑप्शन डी ठठा। तां अपने कोल सही आंसर है जी ऑप्शन ए थत्था। पंजाबी दा केड़ा व्यंजन दंत बुट्टी है, वो है जी थत्था। दोस्तों जेकर तुसी इन्हां प्रश्नां नूं डिटेल विच जानना चाहुंदे हो तां आपां उहदियां डिटेल विच क्लासां वी पहलां लगा चुके हाँ, जिन्हां नूं तुसी अपने चैनल दी प्लेलिस्ट ते जाके वेख सकदे हो। आस करदे हां वो डिटेल देख के तुसी ज़्यादा समझ पाओगे। करते हैं जी अगला प्रश्न, प्रश्न नंबर 23, पंजाबी दा केड़ा व्यंजन तालवी है। ऑप्शन ए जज्जा, ऑप्शन बी झज्जा, ऑप्शन सी कक्का, ऑप्शन डी थत्था। तां अपने कोल सही आंसर है जी ऑप्शन ए जज्जा। पंजाबी दा जज्जा व्यंजन तालवी है। प्रश्न नंबर 24, केड़ा व्यंजन कोमल तालवी कंठी है। ऑप्शन ए ठठा, ऑप्शन बी खखा, ऑप्शन सी थत्था, ऑप्शन डी फफे पैर बिंदी। तो
ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਬੀ ਖੱਖਾ। ਪੰਜਾਬੀ ਦਾ ਕੋਮਲ ਤਾਲਵੀ ਕੰਠੀ ਵਿਅੰਜਨ ਖੱਖਾ ਹੈ। ਪ੍ਰਸ਼ਨ ਨੰਬਰ 25, ਕਿਹੜਾ ਵਿਅੰਜਨ ਕਾਂਬਵਾਂ ਵਿਅੰਜਨ ਹੈ? ਆਪਸ਼ਨ ਏ ਥੱਥਾ, ਆਪਸ਼ਨ ਬੀ ਰਾਰਾ, ਆਪਸ਼ਨ ਸੀ ਫੱਫਾ, ਆਪਸ਼ਨ ਡੀ ਗੱਗਾ। ਤਾਂ ਆਪਣੇ ਕੋਲ ਸਹੀ ਆਨਸਰ ਹੈ ਜੀ ਆਪਸ਼ਨ ਬੀ ਰਾਰਾ। ਰਾਰਾ ਕਾਂਬਵਾਂ ਵਿਅੰਜਨ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਸ਼ਨ ਕਈ ਵਾਰ ਭੁਲੇਖਾ ਹੀ ਪਾ ਜਾਂਦਾ ਹੈ, ਕਈ ਵਾਰ ਕਾਂਬਵਾਂ ਦੀ ਥਾਂ 'ਤੇ ਫੜਕਵਾਂ ਪੁੱਛ ਲਿਆ ਜਾਂਦਾ ਹੈ। ਜੇਕਰ ਫੜਕਵਾਂ ਪੁੱਛਿਆ ਜਾਵੇ ਕਿ ਫੜਕਵਾਂ ਵਿਅੰਜਨ ਕਿਹੜਾ ਹੈ ਤਾਂ ਡਾੜਾ ਆਵੇਗਾ, ਅਤੇ ਜੇਕਰ ਕਾਂਬਵਾਂ ਵਿਅੰਜਨ ਪੁੱਛਿਆ ਜਾਵੇ ਤਾਂ ਕਾਂਬਵਾਂ ਰਾਰਾ ਹੈ। ਇਹ ਦੋਵੇਂ ਤੁਸੀਂ ਧਿਆਨ ਵਿੱਚ ਰੱਖਣੇ ਹਨ। ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਆਪਣੀ ਕਲਾਸ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਆਪਣੀ ਕਲਾਸ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚ ਸਕੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੀ ਹੋਈ ਬੈੱਲ ਆਈਕਨ ਦੀ ਘੰਟੀ ਨੂੰ ਵੀ ਦਬਾ ਦੇਣਾ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਜੁੜੇ ਰਹੋ ਜੀ ਆਪਣੇ ਯੂਟਿਊਬ ਚੈਨਲ AJ ਮਾਲਵਾ ਐਜੂਕੇਸ਼ਨ ਦੇ ਨਾਲ। ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਧੰਨਵਾਦ।